ਸਾਈਮਨ ਛੱਡ ਦੇ ਮੈਨੂੰ ਯਾਰ ਛੱਡ ਦੇ ਦਲੀਲ ਹੋ ਗਿਆ ਵੀਡੀਓ ਵਾਇਰਲ ਹੀ ਨਹੀਂ ਹੁੰਦੀ ਮੈਂ ਵੀਡੀਓ ਵਾਇਰਲ ਕਰਾਣੀ ਭਰਾਟ ਉਹ ਵਿੱਚ ਦਾੜ ਦੇ ਛਾਲ ਮਾਰੀਏ ਵੀਡੀਓ ਵਾਇਰਲ ਹੁੰਦੀ ਹੈ ਪਿਛਾ ਚਾ ਚੈੱਕ ਕਰ ਸਾਈਡ ਤੋਂ ਤੇ ਖੋਤ ਨਹੀਂ ਬੋਲੀ ਸੀ ਨਹੀਂ ਹੈ ਆ ਵੀਡੀਓ ਹੁਣ ਤਾਂ ਵਾਇਰਲ ਕਰ ਦਿਓ ਹੋ ਜਾ ਸੀ ਵਾਇਰਲ ਕਰੇ ਹੋ ਜਾ ਸੀ ਯਾਰ ਵਾਇਰਲ ਇਹ ਜਾ ਕੁਝ ਵਾਇਰਲ ਕਰਨੇ ਨੇ ਦਲੀਲ ਹੋ ਗਈ ਤੇਰੇ ਨਾਂ ਦਾ ਵੀਦ ਵਜ਼ੀਫਾਈ ਬੇਦਰਦ ਤੇਰੀ ਸ਼ਾਇਰੀ ਏ ਅੱਜ ਸਾਡੇ ਰਿਆਜ਼ ਕੁਨਈਆ ਆਇਆ ਉਹ ਕਦੀ ਆਕ ਚੱਕੀਤੀ ਸੀ ਏ ਇੱਕ ਤੇ ਠਗਬਾਜ਼ ਦੇ ਸਾਂਗੇ ਕੀਤੇ ਤੇਰੇ ਸ਼ਹਿਰ ਦੇ ਲੋਕਾਂ ਨੂੰ ਜੀ ਏ ਹਰ ਕਦਮ ਤੇ ਕੀਤੀ ਬਿਸਮਿਲਾ ਉਹ ਕਦੀ ਆਕ ਚੱਕੀ ਮਰਜ਼ੀ ਏ ਤੇ ਗੁਲ ਸਜਣਾ ਘੁਮਾੜੇ ਸਈ ਅਸਾਂ ਵੇਧਿਆਂ ਵੇਧਿਆਂ ਰਹਿ ਮੰਜਣਾ ਤੇ ਇਸ਼ਕ ਮੁਕੱਦਰ ਹੈਰਾਂ ਕੂੰ ਕਈ ਹੋਰ ਤੇ ਦਿਲ ਤੇ ਝਾਈ ਵਧਿਆ ਤੇ ਕੋ ਦਿਲ ਸਜਣਾ ਕੂ ਸੱਟ ਕੇਤੀ ਆਈ ਇੱਕ ਕੁਚਾ ਬਣਾ ਕੇ ਵੱਟ ਗੱਤੀ ਆਈ ਓਏ ਅੱਛੂ ਕਿਤੇ ਚੜਾ ਜਾਣਾ ਹੈ ਆ ਖਰਬੂਜ਼ਾ ਖਾਵਣ ਓਏ ਨਾ ਇਹ ਤਾਂ ਬੇਰੀ ਦਾ ਦਰਖਤ ਆਈ ਐਡਾ ਚਵਲ ਮੈਂ ਵੀ ਨਹੀਂ ਆ ਮੈਂ ਇਹ ਖਰਬੂਜ਼ਾ ਜੇਬ ਚ ਪਾਇਆ ਆ ਸੋਹਣਿਆ ਓ ਨਹੀਂ ਨਹੀਂ ਉਹ ਤੇਰੀ ਹੁਣ ਦੁਆ ਚਾਹੀਦੀ ਅੱਲਾ ਦਾ ਸ਼ੁਕਰ ਹੈ ਅੱਲਾ ਦੇ ਬੰਦੇ ਆ 6 ਫੁੱਟ ਦੇ ਮਰਦ ਆ ਛਾਤੀ ਵੇਖ ਕਿੰਨੀ ਚੌੜੀ ਹੈ ਬਾਹਰ ਉੱਠਣ ਬਹਿਣ ਵੀ ਹੈ ਇੱਥੋਂ ਯਕੀਨ ਕਰੇ ਬਾਹਰ ਨਿਕਲ ਪਈ ਹੈ ਤੇ ਬੰਦਿਆਂ ਨੂੰ ਜਗ੍ਹਾ ਨਹੀਂ ਲੱਭਦੀ ਉਹਨਾਂ ਨੇ ਕਿੱਥੇ ਪਾਉਣਾ ਤੇਰੀ ਦੁਆ ਚਾਹੀਦੀ ਹੈ ਤੇ ਬਾਹਰ ਬੜੀ ਇੱਜ਼ਤ ਹੈ ਅੱਲਾ ਦਾ ਸ਼ੁਕਰ ਹੈ ਪਿੰਡ ਦੇ ਵਿੱਚ ਵੀ ਲੋਕ ਮੰਨਦੇ ਨੇ ਤੇ ਹੁਣ ਇਹ ਤਾਂ ਨਹੀਂ ਨਾ ਹੋ ਸਕਦਾ ਵੀ 4 ਫੁੱਟ ਦੀਆਂ ਜਨਾਨੀਆਂ ਸਾਨੂੰ ਥੱਲੇ ਲਾ ਲੈਣ ਅੱਲਾ ਦੇ ਬੰਦਿਆ ਉਹ ਸਿਆਣੇ ਕਹਿੰਦੇ ਨੇ ਵੀ ਮਰਦ ਦੇ 21 ਆਸਣ ਹੁੰਦੇ ਨੇ ਹਾਂ ਹਾਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਤੁਹਾਡੀ ਉਹ ਮਰਦ ਦੇ 21 ਆਸਣ ਹੁੰਦੇ ਨੇ ਤੇ ਰੱਤ ਰਾਣੀ ਹੁੰਦੀ ਹੈ ਤੇ ਬੰਦਾ ਬੰਦਾ ਹੀ ਹੁੰਦਾ ਅੱਲਾ ਦੇ ਬੰਦੇ ਅੱਲਾ ਨੇ ਬੰਦੇ ਨੂੰ ਬੜੀਆਂ ਸ਼ਾਨਾਂ ਬਖਸ਼ੀਆਂ ਨੇ ਹੁਣ ਅਸੀਂ ਇਹਨਾਂ ਦੇ ਥੱਲੇ ਲੱਗ ਜਾਈਏ ਕਮਾਲ ਹੋ ਗਈ ਅਸੀਂ ਇਹਨਾਂ ਦੀਆਂ ਸਾਰੀਆਂ ਮੰਨੀ ਜਾਈਏ ਇਹ ਜਿਵੇਂ ਆਖਣ ਜੇ ਪੇਕਿਆਂ ਦੀ ਸਾਈਡ ਮਾਰਨ ਤੇ ਫਿਰ ਅਸੀਂ ਇਹਨਾਂ ਦੇ ਪੇਕਿਆਂ ਦੀ ਬਸ ਉਹਨਾਂ ਦੇ ਰੋਲੇ ਮੁਕਾਵਣ ਦੀ ਲੱਗੇ ਰਹੀਏ ਉਹਨਾਂ ਨੂੰ ਹੀ ਮਾਲ ਤੁਰ ਕੀਤੀ ਜਾਈਏ ਨਾ 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 ਜੀ ਜੀ ਬਿਲਕੁਲ ਬਿਲਕੁਲ ਮੈਂ ਸਮਝਣਾ ਤੁਹਾਨੂੰ ਸਮਝਾਉਣ ਦੀ ਲੋੜ ਹੀ ਨਹੀਂ ਵੀਰ ਜੀ ਸਾਡੇ ਕੋਲ ਇਹਨਾਂ ਦੇ ਥੱਲੇ ਨਹੀਂ ਲੱਗਿਆ ਜਾਂਦਾ ਮਰਦ ਬਾਦਸ਼ਾਹ ਹੈ ਆਲ ਇਨ ਆਲ ਆਏ ਅਸੀਂ ਆ ਕਰਤਾ ਦਰਤਾ ਅਸੀਂ ਹੈ ਸਾਡੀਆਂ ਹੀ ਮਰਜ਼ੀਆਂ ਚੱਲਣੀਆਂ ਨੇ ਸਾਨੂੰ ਕਿਹੜੀ ਲੋੜ ਹੈ 4 ਫੁੱਟ ਦੀ ਜਨਾਨੀ ਦੇ ਥੱਲੇ ਲੱਗਣ ਦੀ ਆਪਾਂ ਤੇ ਬਾਈ ਛੰਡ ਕੇ ਰੱਖੀਦਾ ਉਹ ਇੱਕ ਲਹਿਦਾ ਗੱਲ ਹੈ ਆਮ ਜਿਹੜੇ ਮਾਮਲਾਤ ਨੇ ਘਰ ਦੇ ਉਹ ਤਾਂ ਇੱਕ ਘਰ ਦੀ ਹੱਦ ਤੱਕ ਹੈ ਕੋਈ ਬੋਕਰ ਬੁਕਰ ਦੇਣੀ ਹੈ ਤੇ ਚਲੋ ਜੀ ਉਹਨਾਂ ਨੂੰ ਬਾਜ਼ ਔਕਾਤ ਹੁੰਦਾ ਸਿਰ ਸੁਰ ਚੱਕਰ ਆ ਜਾਂਦਾ ਤਾਂ ਵਿਚਾਰੀਆਂ ਨੂੰ ਕਈ ਵਾਰੀ ਚੱਕਰ ਚੁੱਕਰ ਆ ਜਾਂਦੇ ਨੇ ਤਲੀਆਂ ਸੜਨ ਲੱਗ ਪੈਂਦੀਆਂ ਨੇ ਕੋਈ ਮਿਹਦੇ ਦਾ ਮਸਲਾ ਬਣ ਜਾਂਦਾ 100 ਮਸਲਾ ਆਖਰ ਨਿਆਣੇ ਸੰਭਾਲਦੀਆਂ ਨੇ ਤੇ ਚਲੋ ਉੱਥੇ ਬੰਦਾ ਥੋੜਾ ਬਹੁਤ ਉਹਨਾਂ ਨੂੰ ਹੱਥ ਪੜੱਤੀ ਕਰਾ ਦਿੰਦਾ ਕੋਈ ਭਾਂਡੇ ਭੂੰਡੇ ਮਾਂਜਣੇ ਨੇ ਲੇਕਿਨ ਇਹਦਾ ਮਤਲਬ ਇਹ ਤਾਂ ਨਹੀਂ ਨਾ ਵੀ ਹੁਣ ਐਵੇਂ ਬਿਲਾ ਵਜਾਈ ਉਹਨਾਂ ਦੇ ਥੱਲੇ ਲੱਗੇ ਫਰੀ ਨਾ ਨਾ ਨਾ
ਆਪਣੇ ਤੋਂ ਇਹ ਕੰਮ ਨਹੀਂ ਹੁੰਦਾ, ਬਿਲਾ ਵਜ੍ਹਾ ਥੱਲੇ ਨਹੀਂ ਲੱਗਿਆ ਜਾਂਦਾ। ਚਲੋ ਹੁੰਦਾ, ਕੱਪੜੇ ਕੁੱਪੜੇ ਸੁੱਕਣੇ ਪਾਣੇ ਨੇ, ਬੰਦਾ ਪਾ ਦਿੰਦਾ, ਗੰਦ ਗੁੰਦ ਸੱਟਣਾ ਤੇ ਚਲੋ ਬੰਦਾ ਬੱਠਲ ਚ ਪਾ ਦਿੰਦਾ ਤੇ ਬਾਹਰ ਇਹਨਾਂ ਨੂੰ ਕੱਲ ਦਿੰਦਾ, ਬਾਹਰ ਹੀ ਨਿਕਲ ਆਣਾ। ਉਹ ਇਹ ਘਰ ਹੈ, ਘਰ ਮੀਆਂ ਬੀਵੀ ਘਰ ਦੇ ਹੁੰਦੇ ਨੇ ਦੋ ਪਹੀਏ, ਤੇ ਇੱਕ ਪਹੀਆ ਵੀ ਖਰਾਬ ਹੋ ਜਾਵੇ ਤਾਂ ਘਰ ਨਹੀਂ ਚੱਲਦਾ। ਉਹ ਮੈਂ ਸਮਝਣਾ ਵੀ ਚਲੋ ਹੱਥ ਪੜਤੀ ਬੰਦਾ ਕਰਾ ਦਿੰਦਾ ਨਿੱਕੇ ਮੋਟੇ ਕੰਮਾਂ 'ਚ, ਲੇਕਿਨ ਹੁਣ ਇਹ ਤਾਂ ਨਹੀਂ ਹੈ ਨਾ ਵੀ 6 ਫੁੱਟ ਦਾ ਮਰਦ ਯਾਰ 4 ਫੁੱਟ ਦੀ ਜਨਾਨੀ ਥੱਲੇ ਲੱਗ ਜਾਵੇ। ਨਾ ਨਾ, ਇਹ ਆਪਣੇ ਤੋਂ ਕੰਮ ਨਹੀਂ ਹੋਣਾ ਸੋਹਣਿਆ, ਆਪਾਂ ਤੇ ਛੰਡ 'ਚ ਰੱਖੀਂਦਾ। ਤੇ ਵੀਰਾ ਤੂੰ ਵੀ ਭਰਾ ਹੈ ਤੇ ਬੇਲੀ ਹੈ ਤੇ ਤੈਨੂੰ ਚੰਗਾ ਮਸ਼ਵਰਾ ਦਿਆਂਗੇ, ਤੂੰ ਵੀ ਛੰਡ ਕੀ ਰੱਖ। ਹਾਂ ਬਿਲਕੁਲ ਬਿਲਕੁਲ, ਇਹਨਾਂ ਦੇ ਥੱਲੇ ਨਹੀਂ ਲੱਗਣਾ। ਬਾਕੀ ਜਿਹੜਾ ਮੈਂ ਤੈਨੂੰ ਦੱਸਿਆ ਨਿੱਕੇ ਮੋਟੇ ਯਾਰ, ਇਹ ਕਰਨ ਦੇ ਵਿੱਚ ਕੋਈ ਬੰਦਾ ਥੱਲੇ ਨਹੀਂ ਲੱਗਦਾ, ਇਹ ਤੇ ਘਰ ਦੇ ਕੰਮ ਨੇ ਤੇ ਚਲੋ ਰਲ ਤੇ ਕਰਨੇ, ਰਲ ਕੇ ਬੈਠੇ। ਉਹ ਸਿਆਣੇ ਆਉਂਦੇ ਨਾ ਵੀ ਜਿੱਥੇ ਕੁੱਤਾ ਬਹਿੰਦਾ ਯਾਰ ਉਹ ਵੀ ਪੁਛਲ ਮਾਰ ਕੇ ਬਹਿੰਦਾ। ਤੇ ਚਲੋ ਜੇ ਆਪਾਂ ਕੋਈ ਝਾੜੂ ਪੋਚਾ ਕੋਈ ਭਾਂਡੇ ਛਾਂਡੇ ਦੇ ਆਮ ਕੰਮ ਨੇ, ਜੇ ਨਾਲ ਰਲ ਕੇ ਕਰਾ ਵੀ ਦਿਆਂਗੇ ਨਾ ਤੇ ਕੋਈ ਏਡੀ ਗੱਲ ਨਹੀਂ। ਹਾਂ ਬਾਕੀ ਇਹ ਜਿਹੜੇ ਬਾਕੀ ਮੈਂ ਤੈਨੂੰ ਚੀਜ਼ਾਂ ਸਮਝਾਈਆਂ ਨੇ ਨਾ ਇਹਨਾਂ ਤੇ ਅਮਲ ਕਰ। ਹਾਂ ਠੀਕ ਹੈ ਫਿਰ, ਰੱਬ ਰਾਖਾ ਯਾਰ, ਮੈਂ ਵੀ ਹੁਣ ਭਾਂਡੇ ਮਾਂਜਣ ਵਾਲੇ ਨੇ ਤੇ ਥੋੜਾ ਜਿਹਾ ਉਧਰ ਜਾਣਾ, ਅੱਜ ਸਿਰ ਬੰਨ ਤੇ ਪਈ ਹੈ ਥੋੜੀ ਜਿਹੀ ਤਬੀਅਤ ਖਰਾਬ। ਚੰਗਾ, ਰੱਬ ਰਾਖਾ।